ਕਹਿੰਦਾ ਨਾਮ ਪੂਰੀ ਦੁਨੀਆ ਵਿਚ ਚਮਕਾਇਆ ਜੱਟ ਨੇ, ਦੋ ਰਣਖਾਂ ਵਾਲਾ ਲਿਆਇਆ ਜੱਟ ਨੇ, ਗਾਣਾ ਇੱਕ ਵੀ ਨਾ ਕਰਿਆ ਨਾਰਾਂ ਦੇ ਉੱਤੇ, ਖੱਬੀ ਖਾਨ ਬੰਦੂਕਾਂ ਨਾਲ ਭਜਾਇਆ ਜੱਟ ਨੇ, ਉਹਦੀ ਕਲਮ ਵਿਚ ਖੂਨ ਵਾਲੀ ਸ਼ਾਹੀ ਆ, ਗਾਣਾ ਇੱਕ ਤੋਂ ਇੱਕ ਤਬਾਹੀ ਆ, ਗੋਰੇ ਕਾਲੇ ਵੀ ਕਰਨ ਰਿਐਕਟ ਗਾਣਿਆਂ ਤੇ, ਯੂਟਿਊਬ ਭਰਦੀ ਗਵਾਹੀ ਆ, ਗੋਰੇ ਕਾਲੇ ਵੀ ਕਰਨ ਰਿਐਕਟ ਗਾਣਿਆਂ ਤੇ, ਯੂਟਿਊਬ ਭਰਦੀ ਗਵਾਹੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਟੈਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬੀ ਇੰਡਸਟਰੀ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਦੋਸਤੋ। ਗੱਲ ਕਰਦੇ ਹਾਂ ਕਿ ਕਿਵੇਂ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ਦਾ ਇੰਡੀਆ ਵਿੱਚ ਚੱਲਿਆ ਧੱਕਾ, ਤੇ ਨਾਲ ਹੀ ਗੱਲ ਕਰਾਂਗੇ ਕਿ ਪੰਜਾਬੀ ਫੀਮੇਲ ਸਿੰਗਰ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਬਾਰੇ ਕੀ ਕਿਹਾ। ਦੋਸਤੋ ਗੱਲ ਕਰਦੇ ਹਾਂ ਪਹਿਲੀ ਅਪਡੇਟ ਦੀ। ਜਦੋਂ ਦੀ ਮੂਸਟੇਪ ਐਲਬਮ ਰਿਲੀਜ਼ ਹੋਈ ਹੈ, ਉਸ ਟਾਈਮ ਤੋਂ ਹੀ ਸਿੱਧੂ ਮੂਸੇਵਾਲਾ ਕਈ ਰਿਕਾਰਡ ਆਪਣੇ ਨਾਮ ਕਰ ਰਿਹਾ ਹੈ, ਤੇ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਵੀ ਸਿੱਧੂ ਮੂਸੇਵਾਲੇ ਦੇ ਸਾਰੇ ਹੀ ਗੀਤਾਂ ਨੂੰ ਖੂਬ ਪਸੰਦ ਕਰ ਰਹੇ ਹਨ, ਤੇ ਜ਼ੋਰ ਸ਼ੋਰ ਨਾਲ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਵੀ ਕਰ ਰਹੇ ਹਨ। ਪਰ ਦੋਸਤੋ ਹੁਣ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਯੂਟਿਊਬ ਚੈਨਲ ਨੇ ਆਪਣੇ ਨਾਮ ਇੱਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਸਿੱਧੂ ਮੂਸੇਵਾਲੇ ਦੇ ਚੈਨਲ ਸਾਰੇ ਇੰਡੀਆ ਵਿੱਚੋਂ ਪਹਿਲਾ ਮਿਊਜ਼ਿਕ ਯੂਟਿਊਬ ਚੈਨਲ ਬਣ ਗਿਆ ਹੈ ਜਿਸ ਉੱਪਰ ਸਭ ਤੋਂ ਵੱਧ ਕਮੈਂਟ ਆਏ ਹਨ। ਦੋਸਤੋ ਇਸ ਚੈਨਲ ਨੇ ਇੰਡੀਆ ਦੇ ਬਾਲੀਵੁੱਡ ਦੇ ਕਈ ਵੱਡੇ ਵੱਡੇ ਚੈਨਲਾਂ ਨੂੰ ਪਿੱਛੇ ਛੱਡ ਦਿੱਤਾ ਹੈ, ਤੇ ਇਸ ਦੀ ਜਾਣਕਾਰੀ ਖੁਦ ਸਿੱਧੂ ਮੂਸੇਵਾਲਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਜਿਸ ਵਿੱਚ ਲਿਖਿਆ ਹੈ ਕਿ ਟੌਪ ਮੋਸਟ ਕਮੈਂਟਡ ਮਿਊਜ਼ਿਕ ਯੂਟਿਊਬ ਚੈਨਲ ਇਨ ਇੰਡੀਆ। ਦੋਸਤੋ ਬਿਨਾਂ ਕਿਸੇ ਲੈਵਲ ਤੋਂ ਆਪਣੇ ਨੇਮ ਉੱਪਰ ਹੀ ਯੂਟਿਊਬ ਚੈਨਲ ਬਣਾਉਣਾ ਤੇ ਫਿਰ ਉਸ ਚੈਨਲ ਨੂੰ ਇੰਨੀ ਉੱਪਰ ਲੈ ਕੇ ਆਉਣਾ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਪੰਜਾਬੀ ਫੀਮੇਲ ਸਿੰਗਰ ਜਸਵਿੰਦਰ ਬਰਾੜ ਦੀ। ਦੋਸਤੋ ਜਦੋਂ ਦਾ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਬੰਬੀਹਾ ਬੋਲੇ ਵਿੱਚ ਜਸਵਿੰਦਰ ਬਰਾੜ ਦਾ ਨਾਮ ਲਿਆ ਹੈ, ਉਸ ਟਾਈਮ ਤੋਂ ਜਸਵਿੰਦਰ ਬਰਾੜ ਕਾਫੀ ਚਰਚਾ ਵਿੱਚ ਹੈ, ਤੇ ਜਸਵਿੰਦਰ ਬਰਾੜ ਵੀ ਕਿਸੇ ਨਾ ਕਿਸੇ ਤਰੀਕੇ ਸਿੱਧੂ ਮੂਸੇਵਾਲਾ ਨੂੰ ਸਪੋਰਟ ਕਰਦੀ ਹੀ ਰਹਿੰਦੀ ਹੈ। ਦੋਸਤੋ ਹੁਣ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਧੂ ਮੂਸੇਵਾਲਾ ਦੀ ਮੂਸਟੇਪ ਦਾ ਗੀਤ ਰੀਕ੍ਰੀਏਟ ਸ਼ੇਅਰ ਕੀਤਾ ਹੈ। ਜਸਵਿੰਦਰ ਬਰਾੜ ਨੇ ਇਹ ਗੀਤ ਸ਼ੇਅਰ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਜਿਸ ਨੇ ਕਦਮਾਂ ਵਿੱਚ ਹੀ ਜਾਨ ਧਰਤੀ ਉਸ ਨੂੰ ਧੌਣ ਤੋਂ ਫੜ ਕੇ ਝੁਕਾਈਦਾ ਨਹੀਂ, ਕਲਮ ਆਵਾਜ਼ ਸੰਗੀਤ ਤਿੰਨਾਂ ਨੇ ਮੇਰੇ ਦਿਲ ਨੂੰ ਛੂਇਆ। ਦੋਸਤੋ ਇਹ ਸੀ ਹੁਣ ਤੱਕ ਦੀ ਅਪਡੇਟ। ਹੋਰ ਅਪਡੇਟ ਲਈ ਚੈਨਲ ਟੈਸ਼ਨ ਪੰਜਾਬੀ ਲਾਈਵ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।